ਮੋਗਾ ਦੀ ਅਨਾਜ ਮੰਡੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਪਰਾਲੀ ਨੂੰ ਲੈ ਕੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੱਲਾ ਹੋਇਆ ਸੀ, ਉਸ ਦੇ ਵਿੱਚ ਸਬਸਿਡੀ ਘੱਟ ਕਰ ਦਿੱਤੀ ਗਈ ਹੈ, ਉਸ ਨੂੰ ਵਧਾਉਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪਰਾਲੀ ਭਰਾਉਣ ਲਈ ਉਹਨਾਂ ਨੂੰ 3,000 ਰੁਪਏ ਖੁਦ ਤੋਂ ਦੇਣੇ ਪੈਂਦੇ ਨੇ, ਉਹ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਉਣੇ ਚਾਹੀਦੇ ਨੇ। ਇਸ ਦੇ ਨਾਲ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ। ਉਹਨਾਂ ਦਾ ਕਹਿਣਾ ਸੀ ਕਿ ਬਿਜਲੀ 8 ਰੁਪਏ ਲੈਣ ਦੀ ਬਜਾਏ 5 ਰੁਪਏ ਯੂਨਿਟ ਕਰ ਦੇਣੀ ਚਾਹੀਦੀ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਗੇ। ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਸਾਡਾ 12ਵਾਂ ਪ੍ਰਦਰਸ਼ਨ ਸੀ। ਇਹਦੇ 'ਚ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ, ਪਰਾਲੀ ਦੀ ਵੱਡੀ ਸਮੱਸਿਆ ਜਿਹੜੀ ਥੋੜ੍ਹੇ ਦਿਨਾਂ 'ਚ ਆ ਜਾਣੀ ਆ, ਅਸੀਂ ਸਰਕਾਰ ਨੂੰ ਬੇਨਤੀਆਂ ਕੀਤੀਆਂ, ਪੰਨੂ ਸਾਹਿਬ ਨੂੰ ਵੀ ਬੇਨਤੀ ਕੀਤੀ, ਜਿਹੜਾ 10 ਲੱਖ ਰੁਪਈਆ ਪਿਛਲਾ ਸੀ ਸਬਸਿਡੀ ਘਟਾ ਕੇ 4,61,000 ਕਰਤੀ, ਅਸੀਂ ਉਹ ਬੇਨਤੀ ਕਰਕੇ ਆਏ ਹਾਂ ਵੀ ਜਿਹੜੀ ਸੰਦਾਂ 'ਤੇ ਸਬਸਿਡੀ ਆ 90% ਕੀਤੀ ਜਾਵੇ, ਅਤੇ 3,000 ਰੁਪਈਆ ਇਹਦੀ ਭਰਵਾਈ ਲਈ ਜਿਹੜਾ ਸਾਡਾ ਖਰਚਾ ਆਉਂਦਾ ਸਾਡੇ ਸਾਰਿਆਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇ। ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਨਹੀਂ ਤਾਂ ਫਿਰ ਅਸੀਂ ਮਜਬੂਰ ਹੋਵਾਂਗੇ ਜੇ ਸਾਨੂੰ ਇਹ ਪੈਸੇ ਜਾਂ ਸਾਨੂੰ ਮਦਦ ਨਾ ਦਿੱਤੀ ਗਈ। ਦੂਜੀ ਸਾਡੀ ਮੰਗ ਸੀ ਬਿਜਲੀ ਦੇ ਬਿੱਲ। ਕੈਪਟਨ ਸਰਕਾਰ ਬਣੀ ਸੀ ਸਾਡੇ ਨਾਲ ਵਾਅਦਾ ਕਰਕੇ ਕਿ ਜਿਹੜੇ ਘਰਾਂ ਦੇ ਬਿਜਲੀ ਦੇ ਬਿੱਲ ਆ 5 ਰੁਪਏ ਯੂਨਿਟ ਦੇਵਾਂਗੇ, ਅੱਜ ਸਾਤੋਂ 9-10 ਰੁਪਏ ਯੂਨਿਟ ਲੈ ਜਾ ਰਹੇ ਨੇ। ਅਸੀਂ ਆ ਵੀ ਉਹ ਯਾਦ ਕਰਾਉਣ ਆਏ ਹਾਂ ਵੀ ਸਾਡੇ ਤੋਂ ਜਿਹੜੇ ਬਿਜਲੀ ਦੇ ਬਿੱਲ 5 ਰੁਪਏ ਯੂਨਿਟ ਲੈ ਉਹ, ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਘਰ ਦੇ ਬਿਜਲੀ ਦੇ ਬਿੱਲ ਦੇਣੇ ਵੀ ਬੰਦ ਕਰ ਦੇਵਾਂਗੇ। ਤੀਜਾ ਮੁੱਦਾ ਡੰਗਰਾਂ ਦਾ, ਅਵਾਰਾ ਡੰਗਰ ਅਤੇ ਪਾਲਤੂ ਡੰਗਰ। ਅਸੀਂ ਬਾਕੀ ਜ਼ਿਲ੍ਹਿਆਂ 'ਚ ਵੀ 144 ਲਵਾਈ ਆ, ਪਰ ਕੋਈ ਉੱਥੇ ਅਸਰ ਨਹੀਂ ਹੁੰਦਾ, ਇੱਥੇ ਵੀ 144 ਲਵਾਵਾਂਗੇ ਵੀ ਡੰਗਰਾਂ ਦਾ ਪ੍ਰਬੰਧ ਕਰੋ। 2 ਲੱਖ ਡੰਗਰ ਤੁਰਿਆ ਫਿਰਦਾ, ਮਨੁੱਖੀ ਜਾਨਾਂ ਜਾ ਰਹੀਆਂ, ਸਾਡੇ ਫਸਲਾਂ ਜਾੜ ਰਹੀਆਂ। ਤੀਜੀ ਸਾਡੀ ਇਹ ਮੰਗ ਆ। ਚੌਥੀ ਮੰਗ ਆ ਖਸਖਸ ਦੀ, ਨਵੰਬਰ ਮਹੀਨੇ 'ਚ ਖਸਖਸ ਬੀਜੀ ਜਾਣੀ ਆ। ਅਸੀਂ ਇਹ ਬੇਨਤੀ ਕਰਨ ਆਏ ਹਾਂ, ਅੱਗੇ ਵੀ ਬੇਨਤੀਆਂ ਕਰ ਰਹੇ ਹਾਂ ਵੀ ਖਸਖਸ ਦੀ ਖੇਤੀ ਦੀ ਇਜਾਜ਼ ਸਾਨੂੰ ਛੇਤੀ ਦਿੱਤੀ ਜਾਵੇ, ਤਾਂ ਕਿ ਅਸੀਂ ਖਸਖਸ ਲਈ ਤਿਆਰ ਕੀਤਾ ਜਿਹੜੇ ਜਗ੍ਹਾ ਤਿਆਰ ਕਰ ਲਈਏ, ਇੱਕ ਇੱਕ ਕਿੱਲੇ ਦਾ ਸਾਨੂੰ ਪੱਟਾ ਦਿੱਤਾ ਜਾਵੇ। ਨਹੀਂ ਤਾਂ ਅਸੀਂ ਲੋਕਾਂ ਨੂੰ ਕਹਿ ਦੇਵਾਂਗੇ ਜਿਹੜੀਆਂ ਪਿੰਡ ਦੀਆਂ ਸ਼ਾਮ ਲੱਟ ਜਿਹੜੀਆਂ ਵਿਹਲੀਆਂ ਜਗ੍ਹਾ ਪੰਜਾਬ 'ਚ ਛੱਟਾਂ ਮਾਰ ਦੇਣਗੇ, ਆਪੋ ਆਪ ਲੋਕ ਜਿਹੜੀ ਆ ਖਸਖਸ ਬੀਜ ਲੈਣਗੇ। ਪੰਜਵੀਂ ਮੰਗ ਆ ਕਰਜ਼ਾ ਮਾਫੀ ਦੀ। ਕੈਪਟਨ ਸਰਕਾਰ ਸਾਤੋਂ ਸਰਕਾਰ ਬਣਾਈ ਆ, ਉਹਨੇ ਸਾਡੇ ਨਾਲ ਇੱਕ ਵੱਡਾ ਵਾਅਦਾ, ਇੱਕ ਵੱਡਾ ਧੋਖਾ ਕਰਕੇ ਵੀ ਕਰਜ਼ਾ ਮਾਫ਼ ਕਰੂੰ, ਪਰ ਸਾਡਾ ਕੋਈ ਕਰਜ਼ਾ ਮਾਫ਼ ਨਹੀਂ ਹੋਇਆ। ਸਾਡੀਆਂ ਖੁਦਕੁਸ਼ੀਆਂ ਵਧੀਆਂ, ਅਸੀਂ ਖੁਦਕੁਸ਼ੀਆਂ ਕਰ ਰਹੇ ਹਾਂ, ਪਰ ਕੈਪਟਨ ਸਰਕਾਰ ਸੁੱਤਾ ਪਿਆ, ਕੋਈ ਉਹਨੇ ਕਰਜ਼ਾ ਮਾਫ਼ ਨਹੀਂ ਕੀਤਾ। ਅਸੀਂ ਕਹਿੰਦੇ ਹਾਂ ਵਾਰਨਿੰਗ ਦੇਣਾ ਹੈ ਵੀ ਸਮੁੱਚਾ ਪੰਜਾਬ ਦਾ, ਜਿਵੇਂ ਕਿ ਬੈਂਕਾਂ ਦਾ, ਸ਼ਾਹੂਕਾਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ, ਤਾਂ ਸਾਡਾ ਮਸਲਾ ਹੱਲ ਹੁੰਦਾ। ਇਹ ਸਾਡੀਆਂ ਮੁੱਖ ਮੰਗਾਂ ਨੂੰ ਲੈ ਕੇ ਖਾਸ ਕਰਕੇ ਸੁੱਟਣ ਦੀ ਵੀ ਗੱਲ ਕੀਤੀ ਹੈ, ਕੋਈ ਇੱਥੇ ਜਿਸ ਤਰ੍ਹਾਂ ਵੀ ਬੀਜੀ ਨਹੀਂ ਜਾਓਗੇ ਸ਼ਾਮ ਲਾਟਾਂ 'ਤੇ? ਉਹ ਅਸੀਂ ਪਿੰਡਾਂ ਨੂੰ ਬੇਨਤੀ ਕੀਤੀ ਆ, ਇੱਕ ਇੱਕ ਕਿਲੋ ਖਸਖਸ ਕੋਈ ਬੈਨ ਨਹੀਂ, 450-450 ਰੁਪਏ ਕਿਲੋ ਮਿਲ ਜਾਂਦੀ ਆ ਪਿੰਡਾਂ 'ਚ। ਜਿਵੇਂ ਸੁੱਖਾ ਖੜਿਆ ਨੂੰ ਆਮ ਕਰ ਦਿਉ, ਸੁੱਖਾ ਬਾਹਰ ਦਾ ਉਹ ਵੀ ਬੈਨ ਸੀ, ਹੁਣ ਤਾਂ ਉਹਨਾਂ ਨੇ ਵੀ ਖੋਲ੍ਹਤਾ। ਇਹ ਤਾਂ ਪੰਜਾਬ ਸਰਕਾਰ ਦੇ ਫਾਇਦੇ ਦੀ ਗੱਲ ਆ, ਇਹਨਾਂ ਨੂੰ ਕਰੋੜਾਂ ਅਰਬਾਂ ਰੁਪਈਏ ਦੀ ਆਮਦਨ ਹੋਜੂ। ਜੇ ਇੰਨਾ ਹੀ ਨਸ਼ੇ ਦੀ ਗੱਲ ਹੈ, ਸ਼ਰਾਬ ਵੀ ਬੰਦ ਕਰ, ਸ਼ਰਾਬ ਨਾਲ ਤਾਂ ਸਰਕਾਰ ਚੱਲਦੀ ਹੈ, ਇਹਨਾਂ ਦੀ ਉਹਦੀ ਰੈਵੀਨਿਊ ਸਰਕਾਰ ਚੱਲਦੀ, ਇਹਦਾ ਵੀ ਰੈਵੀਨਿਊ ਆਉਣ ਲੱਗ ਜੂ। ਪੰਜਾਬ ਦਾ ਪਾਣੀ ਕਿਹੜਾ ਹੈਗਾ ਬਾਹਰ ਦੇ? ਹਾਂ, ਪੰਜਾਬ ਦਾ ਜਿਹੜਾ ਪਾਣੀ ਆ, ਜਿਵੇਂ ਹੁਣ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ SYL ਹਿਮਾਚਲ 'ਚ ਦੀ ਕੱਢ ਕੇ ਬਾਹਰ ਦੇ ਦਿਉ, ਉਹ ਸਾਨੂੰ ਬਰਦਾਸ਼ਤ ਨਹੀਂ। ਅੱਗੇ ਵੀ ਨਹਿਰ ਅਸੀਂ ਰੋਕੀ ਸੀ, ਅਸੀਂ ਰਾਜਸਥਾਨ ਵਾਲੀ ਵੀ ਨਹਿਰ ਰੋਕਾਂਗੇ, ਇਹ ਵੀ ਅਸੀਂ ਇਹਨਾਂ ਨੂੰ ਕਹਿਣ ਆਏ ਹਾਂ ਵੀ ਨਹੀਂ ਤਾਂ ਸਾਨੂੰ ਜਿਹੜਾ ਪਾਣੀ ਆ ਨਹਿਰਾਂ, ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਨਹਿਰਾਂ ਨਹੀਂ ਸਾਫ਼ ਕੀਤੀਆਂ, ਸੂਏ ਡਰੇਨਾਂ ਨਹੀਂ ਸਾਫ਼ ਕੀਤੀਆਂ, ਸਾਡਾ ਪਾਣੀ ਬਰਬਾਦ ਹੋਇਆ, ਸਾਡੇ ਹੜ੍ਹ ਆਇਆ, ਹੜ੍ਹਾਂ ਲਈ ਵੀ ਜਿਹਨਾਂ 'ਚ ਹੜ੍ਹ ਆਇਆ ਨੁਕਸਾਨ ਹੋਇਆ, 40,000 ਰੁਪਈਆ ਪ੍ਰਤੀ ਏਕੜ ਸੀ, ਉਹ ਵੀ ਮੁਆਵਜ਼ੇ ਦੀ ਇਹਨਾਂ ਤੋਂ ਮੰਗ ਕਰ। ਮੋਗਾ ਤੋਂ ਸੰਜੀਵ ਅਰੋੜਾ ਤੇ ਰਜਿੰਦਰ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।